ਅਮਰੀਕੀ ਫੌਜ ਵਿੱਚ ਧਾਰਮਿਕ ਆਜ਼ਾਦੀ ਲਈ ਇੱਕ ਇਤਿਹਾਸਕ ਕਾਨੂੰਨੀ ਜਿੱਤ ਵਿੱਚ ਇੱਕ ਸਾਬਤ ਸੂਰਤ ਸਿੱਖ ਨੇ ਸ਼ੁਕਰਵਾਰ ਨੂੰ ਮਰੀਨ ਕੋਰ ਦੀ ਭਰਤੀ ਸਿਖਲਾਈ ਤੋਂ ਪੂਰੀ ਕਰਕੇ ਗ੍ਰੈਜੂਏਟ ਕੀਤਾ ਮਰੀਨ ਕੋਰ ਰਿਕਰੂਟ ਜੀਪੂ ਸਾਂਝੀਆਗੋ ਵਿਖੇ ਫਰੇਡ ਡਾਕਟੇ ਰਾਸ਼ਟਰੀ ਗੀਤ ਸੁਣਦੇ ਹੋਏ ਸਾਵਧਾਨ ਮੁਦਰਾਜ ਖੜੇ ਪ੍ਰਾਈਵੇਟ ਫਸਟ ਕਲਾਸ ਜਸਕੀਰਤ ਸਿੰਘ ਲਈ ਇਹ ਦਿਨ ਨਾ ਕੇਵਲ 3 ਮਹੀਨਿਆਂ ਦੀ ਸਖਤ ਸਿਖਲਾਈ ਦਾ ਸਗੋਂ ਲਗਭਗ 2 ਸਾਲਾਂ ਦੀ ਕਾਨੂੰਨੀ ਲੜਾਈ ਦਾ ਵੀ ਸਿੱਟਾ ਸੀ ਜਿਸ ਨੇ ਉਸ ਨੂੰ ਬੂਟ ਕੈਂਪ ਵਿੱਚ ਪਾਗ ਅਤੇ ਦਾੜੀ ਸਮੇਤ ਖੜੇ ਰਹਿਣ ਦੀ ਆਗਿਆ ਦਿੱਤੀ ਸਿੱਖ ਕੋਲੀਸ਼ਨ ਅਨੁਸਾਰ ਉਹ ਸੰਭਾਵਤ ਤੌਰ ਤੇ ਭਰਤੀ ਸਿਖਲਾਈ ਤੋਂ ਗ੍ਰੈਜੂਏਟ ਹੋਣ ਵਾਲਾ ਪਹਿਲਾ ਭਰਤੀ ਮਰੀਨ ਹੈ ਜੋ ਸਾਬਤ ਸੂਰਤ ਸਿੱਖ ਹੋਏਗਾ ਸਿੱਖ ਕੋਲੀਸ਼ਨ ਨੇ ਹੋਰ ਵਕੀਲਾਂ ਦੇ ਨਾਲ ਉਸਦੀ ਅਤੇ 50 ਤੋਂ ਵੱਧ ਸਿੱਖ ਅਮਰੀਕੀਆਂ ਦੀ ਧਾਰਮਿਕ ਪਹਿਰਾਵੇ ਸਮੇਤ ਫੌਜੀ ਬਣਨ ਦੀ ਮਦਦ ਕੀਤੀ ਹੈ ਸਿੱਖ ਕੋਲੀਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਚ ਜਸਕੀਰਤ ਸਿੰਘ ਨੇ ਕਿਹਾ ਮਰੀਨ ਕੋਰਸ ਆਪਣੇ ਦੇਸ਼ ਦੀ ਸੇਵਾ ਕਰਨ ਦਾ ਮਾਣ ਮਹਿਸੂਸ ਕਰਦਾ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਆਪਣੇ ਸਿੱਖ ਧਰਮ ਦਾ ਸਤਿਕਾਰ ਕਰਦੇ ਹੋਏ ਅਜਿਹਾ ਕਰਨ ਦੇ ਯੋਗ ਹੋਇਆ ਹਾਂ ਮੈਨੂੰ ਉਮੀਦ ਹੈ ਕਿ ਮੇਰੀ ਗ੍ਰੈਜੂਏਸ਼ਨ ਹੋਰ ਨੌਜਵਾਨ ਸਿੱਖਾਂ ਨੂੰ ਇੱਕ ਇਸ ਤੇ ਸੰਦੇਸ਼ ਭੇਜਦੀ ਹੈ ਜੋ ਫੌਜੀ ਸੇਵਾਵਾਰੀ ਵਿਚਾਰ ਕਰ ਰਹੇ ਨੇ ਤੁਹਾਡੀ ਸ਼ਰਦਾ ਕਿਸੇ ਵੀ ਕਰੀਅਰ ਲਈ ਰੁਕਾਵਟ ਨਹੀਂ ਬਣਨੀ ਚਾਹੀਦੀ ਜਸਕੀਰਤ ਸਿੰਘ ਨੇ 03 ਨਿੱਕੇ ਇੱਕ ਫੌਜੀ ਕਿਤਾ ਮੁਖੀ ਵਿਸ਼ੇਸ਼ਤਾਾਂ ਦਾ ਆਦਲ ਫੌਜੀ ਵੱਜੋਂ ਗ੍ਰੈਜੂਏਸ਼ਨ ਕੀਤੀ ਪ੍ਰੈਸ ਰਿਲੀਜ਼ ਦੇ ਅਨੁਸਾਰ ਜਸਕੀਰਤ ਸਿੰਘ ਦੀ ਪ੍ਰਾਪਤੀ ਸਿਕ ਕੋਲੇਸ਼ਨ ਅਤੇ ਮਰੀਨ ਕੌਪਸ ਵਿਚਕਾਰ ਨਵੰਬਰ 2021 ਤੋਂ ਪੜਤਿਆਂ ਨੂੰ ਲੈ ਕੇ ਚੱਲੀ ਲੰਬੀ ਗੱਲਬਾਤ ਵਿੱਚ ਇੱਕ ਮਹੱਤਮਪੂਰਨ ਕਦਮ ਦਰਸਾਉਂਦੀ ਹੈ ਇਹ ਗੱਲਬਾਤ ਪਿਛਲੇ ਸਾਲ ਅਪ੍ਰੈਲ ਵਿੱਚ ਸਿਖਰ ਤੇ ਪਹੁੰਚ ਗਈ ਸੀ ਜਦੋਂ ਜਸਕੀਰਤ ਸਿੰਘ ਅਤੇ ਤਿੰਨ ਹੋਰ ਮੁੱਦਈਆਂ ਨੇ ਅਮਰੀਕੀ ਸਰਕਾਰ ਤੇ ਮੁਕੱਦਮਾ ਕੀਤਾ ਜਦੋਂ ਮਰੀਨ ਕਾਪਸ ਨੇ ਕਿਹਾ ਸੀਗਾ ਕਿ ਸਿੱਖਾਂ ਨੂੰ ਬੂਟ ਕੈਂਪ ਦੌਰਾਨ ਆਪਣੀਆਂ ਪੱਗਾਂ ਤੇ ਦਾੜੀਆਂ ਨੂੰ ਸਮਰਪਣ ਕਰਨ ਦੀ ਲੋੜ ਹੋਏਗੀ ਆਖਰਕਾਰ ਡੀਸੀ ਸਰਕਟ ਕੋਰਟ ਆਫ ਅਪੀਲਸ ਨੇ ਜਸਕੀਰਤ ਸਿੰਘ ਨੂੰ ਇੱਕ ਮੁੱਢਲਾ ਹੁਕਮ ਦਿੱਤਾ ਤੇ ਫੈਸਲਾ ਦਿੱਤਾ ਕਿ ਮਰੀਨ ਕਾਪਸ ਨੂੰ ਸਿਖਲਾਈ ਦੌਰਾਨ ਸਿੱਖਾਂ ਲਈ ਵਾਲ ਅਤੇ ਦਾੜੀ ਰੱਖਣ ਦੀ ਆਗਿਆ ਦੇਣੀ ਚਾਹੀਦੀ ਹੈ